पंजाबी सिंगर सिद्धू मूसेवाला बेशक साड़ी दुनिया नू अलविदा कह के चले गए ने, मगर हली तक उन्हां दी यादां लोकां दे दिलां दे विच और जिहड़े उन्हां नू चाहण वाले आ उन्हां दे दिल दे विच बसियां होईयां। होला महला शुरू हो चुका है, लोग डेरे दिनाड़े हो, लोग पहुँचने शुरू हो चुके ने और तुसीं तस्वीरां ही देख सकते हो। सिद्धू मूसेवाला 9/11 एक ट्रैक्टर तैयार किया गया जिहड़ा बड़े सोहणे तरीके नाल सजाया गया है ते लगाया गया है। गलबात भी करन दी कोशिश करांगे, जिहड़े इन्हां दे ओनर है गलबात कर लैणे आ। 9/11 तैयार किया गया, गलबात कर लैणे आ। सर जिहड़ा ट्रैक्टर तैयार किया गया है किन्ना समा लगा, की इहदे फैसिलिटियां लगाईआं? इनू सर समा तो काफ़ी लग गया, समय का कोई आइडिया नहीं, फैसिलिटीज बथेरिया लगाई गई, आफ्टर मार्केट काम होया सारा। ये मैं अपने दादा जी तो अपने डैडी जी की दाद याद बनाया है ट्रैक्टर। ये गल करा किन्ना खर्चा लगा, किन्ना समा लगा? सर इन खर्चा कोई 2 लाख रुपया खर्चा आया ये उपर, बाकी अजे अगे अगे ही मोडिफिकेशन यदि करी जाते पे, आफ्टर मार्केट कम ही चल जी जाता। जे गल करिए पंजाबी सिंगर सिद्धू मूसेवाला बेशक साड़ी नू अलविदा कह गए, उन्हां दी यादां हले भी उन्हां दे जिहड़े चाहण वाले आ उन्हां दे दिलां च वसियां होईयां। जिदां सिद्धू मूसेवाले ने अपना ट्रैक्टर 9/11 तैयार कीता सीगा, उसी तरह तुसीं इह ट्रैक्टर उसी तरह तैयार कीता? हांजी सर, अज भी जेकर 9/11 दा नाम आउंदा इहदा पहलां सिद्धू मूसेवाले जी दा नाम आउंदा, फिर 9/11 दा नाम बाद विच आउंदा। हांजी सर, ते उदां दे करके ही कुछ मैं ट्रैक्टर नू फैन फॉलोइंग काफ़ी हो गई हैगी ते तां करके मैं ट्रैक्टर तैयार किया। बाकी आफ्टर मार्केट तुहानू मैं काम इहदे दस दिंदा जो जो आ। सब तो पहला तां इत्थों शुरू कर दिंदे आपां, स्टेयरिंग लगा आफ्टर मार्केट मोमो जीप वाला स्टेयरिंग बोल दिंदे इहनू। उस तों बाद शीट की बकट फिटिंग हुई आ ते इक म्यूजिक सिस्टम वड्डा लगा इहदे, 41 स्पीकर, 6 बेसिस इहदियां ते इक इहनू चलाउण वास्ते आपां अल्टीनेटर दी कीते आ, 250 ampere दा अल्टीनेटर लगाया, उह दिखा दे आपां। ਅਤੇ ਉਸ ਤੋਂ ਬਾਅਦ ਇੱਕ ਬੰਪਰ ਆਪਣਾ 6 ਫੁੱਟ ਦਾ ਬੰਪਰ ਹੈ ਅਤੇ ਇਹਨੂੰ ਡਾਇਰੈਕਟ ਥਾਰ ਦੀ ਕੰਪਨੀ 'ਚੋਂ ਆਪਾਂ ਪੇਂਟ ਲੈ ਕੇ ਕਰਵਾਇਆ, ਥਾਰ ਵਾਲਾ ਪੇਂਟ ਆ, ਸਪਾਰਕਲ ਪੇਂਟ ਆ। ਇੱਕ ਆਫਟਰ ਮਾਰਕੀਟ ਟਾਇਰ ਪਏ ਨੇ ਦੋਨੋਂ, ਇਹਨੂੰ ਆ ਲੜਾਕੂ ਜਹਾਜ਼ ਦੇ ਟਾਇਰ ਕਹਿ ਦਿੰਦੇ ਆਪਾਂ ਪੰਜਾਬੀ, ਜਿੱਦਾਂ ਕਿ ਜਹਾਜ਼ੀ ਟਾਇਰ ਵੀ ਕਹਿ ਦਿੰਦੇ, ਇਹਨੂੰ ਉਹ ਟਾਇਰ ਆਪਾਂ ਪਾਏ ਆ। ਅਤੇ ਇਹ ਸਿਰਫ ਇੱਕ ਟਰੈਕਟਰ ਹੋਲੈਂਡ ਨੂੰ ਪਏ ਆ, ਦੂਜੇ ਇਸ ਟਰੈਕਟਰ ਨੂੰ ਟਾਇਰ ਪਏ, ਹੋਰ ਕਿਸੇ ਟਰੈਕਟਰ ਨੂੰ ਟਾਇਰ ਨਹੀਂ ਪਏ ਜਿਹੜੇ ਆਪਣੇ ਇੱਥੇ ਪਏ ਆ। ਇਹ 14-16 ਨੰਬਰ ਟਾਇਰ ਆ ਸਰ। ਹਾਂਜੀ ਸਰ, ਅਤੇ ਬਾਕੀ ਇਹਦਾ ਪੇਂਟ ਵਗੈਰਾ ਸਾਰਾ ਟਰੈਕਟਰ ਓਰੀਜਨਲ ਹੈ ਮੇਰਾ, ਇਹ ਕੋਈ ਇਹਨੂੰ ਪੇਂਟ ਵਗੈਰਾ ਦੀ ਕੋਈ ਟੱਚਿੰਗ ਨਹੀਂ ਇਹਨੂੰ ਦਿੱਤੀ ਗਈ। ਅਤੇ ਬਾਕੀ ਇਹਦੀਆਂ ਬ੍ਰੇਕਸ ਵਗੈਰਾ ਤੁਸੀਂ ਦੇਖ ਸਕਦੇ, ਸਾਰੇ ਡਰੰਮ ਡਰੁੰਮ ਸਿਲਵਰ, ਇੱਕ ਫਾਈਬਰ ਰੂਫ, ਅਤੇ ਆਹ ਸੰਤਾਂ ਦੀ ਫੋਟੋ ਆਪਾਂ ਲਗਾਈ ਆ, LED ਅੱਗੇ ਵੀ LED ਆ, ਜਿਹੜਾ ਨਿਕਲ ਦਾ ਕੰਮ ਹੋਇਆ ਭਾਈ ਸਾਰਾ, ਜਿਹੜਾ ਸਲੈਂਸਰ ਦਾ ਕੰਮ ਹੋਇਆ, ਇੱਕ ਆ ਫਲੈਸ਼ਰ ਲੱਗਾ ਹੋਇਆ ਇਹਨੂੰ ਆਫਟਰ ਮਾਰਕੀਟ ਪੁਲਿਸ ਵਾਲਾ, ਅਤੇ ਬਾਕੀ ਇਹਦੀ ਕੁਛ ਟਰਬੋ ਵਗੈਰਾ, ਅਤੇ ਇੱਕ ਸਪੀਡ 80+ ਕੀਤਾ ਭਾਈ। ਕਾਫੀ ਤਰੀਕੇ ਨਾਲ ਤੁਸੀਂ ਆਪਣਾ ਟਰੈਕਟਰ ਤਿਆਰ ਕੀਤਾ, ਕਾਫੀ ਲੰਬਾ ਸਮਾਂ ਲੱਗ ਗਿਆ ਹੋਊਗਾ, ਜੇ ਗੱਲ ਕਰਾਂ ਕਿਹਦੇ ਵੱਲੋਂ ਤੁਹਾਡਾ ਸਹਿਯੋਗ ਦਿੱਤਾ ਗਿਆ? ਸਹਿਯੋਗ ਸਰ ਮੈਨੂੰ ਮੇਰੀ ਫੈਮਿਲੀ ਵੱਲੋਂ ਪੂਰੀ ਸਪੋਰਟ ਆ। ਹਾਂਜੀ, ਇੱਕ ਮੇਰੇ ਚਾਚਾ ਜੀ ਆ ਕੈਨੇਡਾ, ਉਹਨਾਂ ਵੱਲੋਂ ਵੀ ਬਹੁਤ ਮੈਨੂੰ ਸਹਿਯੋਗ ਆਇਆ ਹੈਗਾ, ਅਤੇ ਬਾਕੀ ਬ੍ਰਦਰ ਵਗੈਰਾ ਵੀ ਸਾਰੇ ਮੇਰੇ ਨਾਲ ਹੀ ਆ। ਜਿੱਦਾਂ ਹੋਲਾ ਮਹੱਲਾ ਸ਼ੁਰੂ ਹੋ ਚੁੱਕਾ ਹੈ, ਡੇੜੇ ਨਿਆੜੇ ਜਿਹੜੀ ਸੰਗਤ ਆਉਣੀ ਸ਼ੁਰੂ ਹੋ ਗਈ, ਤੁਹਾਡੇ ਦਿਲ 'ਚ ਕੀ ਕਿੱਦਾਂ ਆਇਆ ਕਿ ਇੱਥੇ ਟਰੈਕਟਰ ਨੂੰ ਸੁਸ਼ੋਭਿਤ ਕੀਤਾ ਜਾਵੇ, ਸਜਾਇਆ ਜਾਵੇ? ਨਹੀਂ ਸਰ, ਅਸੀਂ ਹਰ ਸਾਲ ਦੇਖੋ ਇੱਥੇ ਆਈਦਾ ਹੈ, ਅਤੇ ਆਹ ਸਾਡੀ ਤੀਜੀ ਯਾਤਰਾ ਹੈ, ਅਤੇ ਆਈਦਾ ਹੈ ਅਸੀਂ ਗਾਂਹ ਵੀ ਅੱਗੇ ਵੀ, ਮਹਾਰਾਜ ਸੁੱਖ ਰੱਖੇ, ਆਉਂਦੇ ਰਹਾਂਗੇ ਅਸੀਂ ਇੱਦਾਂ ਹੀ। ਹਰ ਵਾਰੀ ਕੁਛ ਨਾ ਕੁਛ ਅਲੱਗ ਹੀ ਲੈ ਕੇ ਆਈਦਾ, ਅਲੱਗ ਹੀ ਇਹਦੀ ਮੋਡੀਫਿਕੇਸ਼ਨ ਕਰੀਦੀ ਆ, ਕੁਛ ਨਾ ਕੁਛ ਪ੍ਰਭਾਵ। ਹਾਂਜੀ ਸਰ, ਬੜੇ ਖੂਬਸੂਰਤ ਤਰੀਕੇ ਨਾਲ ਜਿਹੜਾ ਟਰੈਕਟਰ ਤਿਆਰ ਕੀਤਾ, ਹੋਰ ਵੀ ਜਿਹੜੀ ਸੰਗਤ ਆਈ ਹੋਈ ਆ ਉਹਨਾਂ ਨਾਲ ਗੱਲਬਾਤ ਕਰ ਲੈਣ, ਜਿਨ੍ਹਾਂ ਨੇ ਆਪਣੇ ਫਾਦਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਟਰੈਕਟਰ ਤਿਆਰ ਕੀਤਾ ਗਿਆ, ਇਹ ਵੀ ਪਤਾ ਲੱਗਾ ਤੁਹਾਡੇ ਫਾਦਰ ਦੀ ਡੈਥ ਹੋ ਗਈ, ਉਹਨਾਂ ਦੀ ਯਾਦ ਦੇ ਵਿੱਚ ਤੁਸੀਂ ਇਹ ਟਰੈਕਟਰ ਤਿਆਰ ਕੀਤਾ, ਇਹ ਟਰੈਕਟਰ ਦੇ ਵਿੱਚ ਕੀ ਲਗਾਇਆ ਗਿਆ, ਕਿੰਨਾ ਖਰਚਾ ਹੋਇਆ, ਕੀ ਸਮਾਂ ਲੱਗਾ? ਹਾਂਜੀ, ਇਹ ਟਰੈਕਟਰ ਦੇ ਆਪਣਾ ਟਾਇਰ ਪਵਾਏ ਗਏ, ਛਤਰੀ ਲਵਾਈ ਗਈ ਹੈ, ਡਿੱਕ ਲਵਾਇਆ ਗਿਆ ਵਾ, ਠੀਕ ਹੈ ਜੀ। ਬਾਕੀ ਤਾਂ ਜਿਤਨਾ ਵੀ ਏਜੰਸੀ 'ਚੋਂ ਲਿਆ ਸੀ, ਫਾਦਰ ਸਾਹਿਬ ਨੇ ਲਿਆ ਸੀ, ਉਹਨਾਂ ਦੀ ਯਾਦਗਾਰ ਮਤਲਬ ਕਿ ਆਪਾਂ ਸਾਂਭ ਕੇ ਰੱਖੀ ਆ, ਹਮੇਸ਼ਾ ਸਾਂਭ ਕੇ ਰੱਖਾਂਗੇ, ਠੀਕ ਹੈ ਜੀ। ਅਤੇ ਬਾਕੀ ਕਹਿੰਦੇ ਨਾ ਮਾਂ ਪਿਓ ਨੇ ਜੋ ਚੀਜ਼ ਖਰੀਦੀ ਹੁੰਦੀ ਹੈ ਉਹ ਬੱਚਿਆਂ ਦੇ ਦਿਲ ਦੇ ਉੱਤੇ ਬਹੁਤ ਕਰੀਬ ਹੁੰਦੀ ਹੈ। ਤੁਸੀਂ ਇਹਨੂੰ ਵੇਚਿਆ ਨਹੀਂ, ਠੀਕ ਹੈ, ਵੇਚਿਆ ਨਹੀਂ, ਉਸ ਤੋਂ ਬਾਅਦ ਇਹਨੂੰ ਮੋਡੀਫਾਈ ਕੀਤਾ, ਇੰਨੀਆਂ ਚੀਜ਼ਾਂ ਲਾਤੀਆਂ, ਇੱਥੇ ਲਿਆਉਣ ਦਾ ਮਕਸਦ ਕੀ ਸੀ? ਮਕਸਦ ਇਹੀ ਕਿ ਮਤਲਬ ਕਿ ਸਾਰੇ ਚਲੋ ਵਧੀਆ, ਆਪਣਾ ਸਾਰਿਆਂ ਦਾ ਸਾਥ ਸੀ, ਨਾਲ ਟਰਾਲਾ ਅਸੀਂ ਤਿਆਰ ਕੀਤਾ, ਆਪਣਾ ਆਪਦਾ ਟਰਾਲਾ ਸੀ ਅਸੀਂ ਤਿਆਰ ਕੀਤਾ ਵਾ, ਠੀਕ ਹੈ ਜੀ, ਟਰੈਕਟਰ ਤਿਆਰ ਕੀਤਾ ਵਾ, ਦਿੱਲੀ ਧਰਨੇ 'ਤੇ ਵੀ ਇਹ ਗਿਆ ਵਾ, ਠੀਕ ਹੈ ਜੀ। ਅਤੇ ਉਦੋਂ ਫਾਦਰ ਸਾਹਿਬ ਦਿੱਲੀ ਧਰਨੇ ਤੋਂ ਆਏ ਆ, ਅਗਲੇ ਦਿਨ ਉਹਨਾਂ ਦੀ ਡੈਥ ਹੋ ਗਈ ਆ, ਠੀਕ ਹੈ ਜੀ। ਬਾਕੀ ਇਹ ਕਿ ਉਹਨਾਂ ਦੀ ਯਾਦਗਾਰੀ ਦੇ ਵਿੱਚ ਆਪਾਂ ਸਾਂਭ ਕੇ ਰੱਖਿਆ, ਆਪਣੇ ਦਿਲ ਨਾਲ ਅਟੈਚ ਆ। ਟਰੈਕਟਰ ਕਿਸਾਨੀ ਮੋਰਚੇ ਦਾ ਵੀ ਹਿੱਸਾ ਬਣਿਆ? ਹਾਂਜੀ ਹਾਂਜੀ, ਕਿਸਾਨੀ ਮੋਰਚੇ ਦਾ ਹਿੱਸਾ ਬਣਿਆ, ਹੁਣ ਇਹ ਤੋਂ ਬਾਅਦ ਅਸੀਂ ਇੱਥੋਂ ਮੇਲਾ ਦੇਖ ਕੇ ਮੋਹਾਲੀ ਚੰਡੀਗੜ੍ਹ ਅਸੀਂ ਧਰਨੇ ਤੇ ਜਾ ਰਹੇ ਹਾਂ, ਬੰਦੀ ਸਿੱਖਾਂ ਦੀ ਰਿਹਾਈ ਵਾਸਤੇ। ਹਾਂਜੀ 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 ਹਾਂਜੀ, ਉੱਥੇ ਜਾ ਰਹੇ ਹਾਂ ਅਸੀਂ। ਹਾਂਜੀ, ਗੱਲ ਕਰਾਂ ਕਿੱਥੋਂ ਆਏ ਹੋ, ਕਿੰਨਾ ਕੁ ਸਮਾਂ ਲੱਗ ਗਿਆ ਇਸ ਟਰੈਕਟਰ ਨੂੰ ਤਿਆਰ ਕਰਨ ਲਈ? ਸਮਾਂ ਤਾਂ ਦੇਖੋਗੇ ਭਾਈ, ਟਰੈਕਟਰ ਟਰਾਲਾ ਦੋਵਾਂ ਨੇ ਤਿਆਰ ਕੀਤਾ ਸੀ, 10 ਦਿਨ ਦੇ ਵਿੱਚ ਅਸੀਂ ਤਿਆਰ ਕਰ ਲਿਆ ਵਾ, ਠੀਕ ਹੈ ਜੀ। ਆਏ ਹਾਂ ਪੱਟੀ, ਆਪਣਾ ਸ਼ਹਿਰ ਆ,
ਤਰਨ ਤਰਨ ਜ਼ਿਲ੍ਹਾ ਹੈ, ਪਿੰਡ ਆਪਣਾ ਹੈਗਾ ਪਰਾਗਪੁਰਾ, ਠੀਕ ਹੈ ਜੀ। ਅਤੇ ਬਾਕੀ ਆਉਣ 'ਤੇ ਸਾਨੂੰ ਅਸੀਂ ਸ਼ਾਮੀ ਤੁਰੇ ਹਾਂ, ਅਗਲੇ ਦਿਨ 10 ਵਜੇ ਪਹੁੰਚ ਗਏ ਇੱਥੇ। ਹਾਂਜੀ, ਇਹ ਉਹ ਨੌਜਵਾਨ ਹੈ ਜਿਨ੍ਹਾਂ ਦੇ ਫਾਦਰ ਸਾਹਿਬ ਐਕਸਪਾਇਰ ਹੋ ਗਏ, ਐਕਸਪਾਇਰ ਹੋਣ ਤੋਂ ਬਾਅਦ ਜਿਹੜਾ ਉਹਨਾਂ ਦੀਆਂ ਯਾਦਾਂ ਹੈਗੀਆਂ, ਯਾਦਾਂ ਨੂੰ ਸੰਭਾਲ ਕੇ ਰੱਖਿਆ, ਉਹਨੂੰ ਮੋਡੀਫਾਈ ਕਰਾਇਆ, ਔਰ ਮੋਡੀਫਾਈ ਕਰਾਉਣ ਤੋਂ ਬਾਅਦ ਅੱਜ ਹੋਲੇ ਮਹੱਲੇ ਦੇ ਵਿੱਚ ਇਹਨੂੰ ਲੈ ਕੇ ਆਏ। ਔਰ ਕਈ ਟਰੈਕਟਰ ਹੈ ਇੱਦਾਂ ਦੇ ਵੀ ਹੈ ਜਿਹੜੇ ਕਿਸਾਨੀ ਮੋਰਚਾ ਦਾ ਹਿੱਸਾ ਵੀ ਬਣੇ। ਜਤਿੰਦਰ ਦੇ ਨਾਲ ਵਿਨੇ ਸ਼ਰਮਾ, ਦੈਨਿਕ ਸਵੇਰਾ ਟਵੀਰੀ, ਅਨੰਦਪੁਰ ਸਾਹਿਬ।